ਇਹ ਤਰਸ ਭਰੀਆਂ ਤਸਵੀਰਾਂ ਕਿਧਰੇ ਹੋਰ ਦੀਆਂ ਨਹੀਂ ਸਗੋਂ ਡਿਜੀਟਲ ਇੰਡੀਆ ਦੀ ਰਾਜਧਾਨੀ ਦਿੱਲੀ ਦੀਆਂ ਨੇ। ਦਿੱਲੀ ਦੀ ਜਨਤਾ ਇਸ ਸਮੇਂ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੀ ਹੈ। ਇੱਕ ਪਾਸੇ ਅੱਗ ਬਰਸਾ ਰਹੀ ਗਰਮੀ ਤੇ ਉੱਤੋਂ ਪਾਣੀ ਨੂੰ ਤਰਸੇ ਲੋਕ। ਤਸਵੀਰਾਂ ਤਾਂ ਹੈਰਾਨ ਕਰ ਰਹੀਆਂ ਨੇ। ਹਾਲ ਹੀ ਚ ਚੋਣਾਂ ਲੰਘ ਕੇ ਗਈਆਂ ਨੇ। ਵੱਡੇ ਵੱਡੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਸੀ, ਪਰ ਇਹਨਾਂ ਗਰੀਬਾਂ ਦੇ ਸਾਰ ਕੌਣ ਲਵੇਗਾ। ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਦੇ ਕੁਝ ਇਲਾਕਿਆਂ ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਤਰਸ ਭਰੀਆਂ ਤਸਵੀਰਾਂ ਕਿਧਰੇ ਹੋਰ ਦੀਆਂ ਨਹੀਂ ਸਗੋਂ ਡਿਜੀਟਲ ਇੰਡੀਆ ਦੀ ਰਾਜਧਾਨੀ ਦਿੱਲੀ ਦੀਆਂ ਨੇ। ਦਿੱਲੀ ਦੀ ਜਨਤਾ ਇਸ ਸਮੇਂ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੀ ਹੈ। ਇੱਕ ਪਾਸੇ ਅੱਗ ਬਰਸਾ ਰਹੀ ਗਰਮੀ ਤੇ ਉੱਤੋਂ ਪਾਣੀ ਨੂੰ ਤਰਸੇ ਲੋਕ। ਤਸਵੀਰਾਂ ਤਾਂ ਹੈਰਾਨ ਕਰ ਰਹੀਆਂ ਨੇ। ਹਾਲ ਹੀ ਚ ਚੋਣਾਂ ਲੰਘ ਕੇ ਗਈਆਂ ਨੇ। ਵੱਡੇ ਵੱਡੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਸੀ, ਪਰ ਇਹਨਾਂ ਗਰੀਬਾਂ ਦੇ ਸਾਰ ਕੌਣ ਲਵੇਗਾ। ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਦੇ ਕੁਝ ਇਲਾਕਿਆਂ ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਤਰਸ ਭਰੀਆਂ ਤਸਵੀਰਾਂ ਕਿਧਰੇ ਹੋਰ ਦੀਆਂ ਨਹੀਂ ਸਗੋਂ ਡਿਜੀਟਲ ਇੰਡੀਆ ਦੀ ਰਾਜਧਾਨੀ ਦਿੱਲੀ ਦੀਆਂ ਨੇ। ਦਿੱਲੀ ਦੀ ਜਨਤਾ ਇਸ ਸਮੇਂ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੀ ਹੈ। ਇੱਕ ਪਾਸੇ ਅੱਗ ਬਰਸਾ ਰਹੀ ਗਰਮੀ ਤੇ ਉੱਤੋਂ ਪਾਣੀ ਨੂੰ ਤਰਸੇ ਲੋਕ। ਤਸਵੀਰਾਂ ਤਾਂ ਹੈਰਾਨ ਕਰ ਰਹੀਆਂ ਨੇ। ਹਾਲ ਹੀ ਚ ਚੋਣਾਂ ਲੰਘ ਕੇ ਗਈਆਂ ਨੇ। ਵੱਡੇ ਵੱਡੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਸੀ, ਪਰ ਇਹਨਾਂ ਗਰੀਬਾਂ ਦੇ ਸਾਰ ਕੌਣ ਲਵੇਗਾ। ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਦੇ ਕੁਝ ਇਲਾਕਿਆਂ ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਤਰਸ ਭਰੀਆਂ ਤਸਵੀਰਾਂ ਕਿਧਰੇ ਹੋਰ ਦੀਆਂ ਨਹੀਂ ਸਗੋਂ ਡਿਜੀਟਲ ਇੰਡੀਆ ਦੀ ਰਾਜਧਾਨੀ ਦਿੱਲੀ ਦੀਆਂ ਨੇ। ਦਿੱਲੀ ਦੀ ਜਨਤਾ ਇਸ ਸਮੇਂ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੀ ਹੈ। ਇੱਕ ਪਾਸੇ ਅੱਗ ਬਰਸਾ ਰਹੀ ਗਰਮੀ ਤੇ ਉੱਤੋਂ ਪਾਣੀ ਨੂੰ ਤਰਸੇ ਲੋਕ। ਤਸਵੀਰਾਂ ਤਾਂ ਹੈਰਾਨ ਕਰ ਰਹੀਆਂ ਨੇ। ਹਾਲ ਹੀ ਚ ਚੋਣਾਂ ਲੰਘ ਕੇ ਗਈਆਂ ਨੇ। ਵੱਡੇ ਵੱਡੇ ਲੀਡਰ ਵੱਡੇ ਵੱਡੇ ਦਾਅਵੇ ਕਰ ਰਹੇ ਸੀ, ਪਰ ਇਹਨਾਂ ਗਰੀਬਾਂ ਦੇ ਸਾਰ ਕੌਣ ਲਵੇਗਾ। ਦਰਅਸਲ ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਪਾਣੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦਿੱਲੀ ਦੇ ਕੁਝ ਇਲਾਕਿਆਂ ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ। ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ।